हवलदार खड़का दड़का जी तुहाडा बहुत बहुत धन्यवाद तुसीं साडे स्टूडियो विच आए। सब कुछ ठीक है पर तुसीं डंडा जिहां दे क्यों चक्कन लग पए? मैं तुहानूं दसदा जदों क्रिकेट दा खिडारी मैदान विच आउंदा ते पहलां बल्ला चकदा ते जदों पुलिस किते जांदी आ ਜਾਂ ਤਾਂ ਡੰਡਾ ਚੱਕਦੀ ਆ ਤੇ ਜਾਂ ਫਿਰ ਬੰਦਾ ਚੱਕਦੀ ਆ ਤੇ ਤੁਸੀਂ ਸੁਣਾਓ ਹੋਰ ਕੀ ਹਾਲ ਆ? ਮੇਰਾ ਤਾਂ ਜੀ ਸਿਰਫ ਤੁਹਾਡੇ ਬਾਰੇ ਖਿਆਲ ਹੈ। ਤੇ ਫਿਰ ਗੱਲ ਕਰੋ, ਪੁਲਿਸ ਤੁਹਾਡੇ ਨਾਲ ਆ। ਗੱਲ ਮੈਂ ਹਵਲਦਾਰ ਖੜਕਾ ਦੜਕਾ ਜੀ ਇੱਥੋਂ ਸ਼ੁਰੂ ਕਰਦਾ। ਅਕਸਰ ਮੈਂ ਬਹੁਤ ਸਾਰੇ ਨਾਕਿਆਂ ਦੇ ਵੇਖਿਆ ਹੈ ਕਿ ਪੁਲਿਸ ਵਾਲਾ ਖੜਾ ਹੁੰਦਾ, ਨਾਕੇ 'ਤੇ ਖੜਾ ਹੋ ਕੇ ਆਪਣੀ ਮੁੱਛਾਂ ਨੂੰ ਵੱਟ ਚਾੜਦਾ, ਜਿਵੇਂ ਕਿ ਤੁਸੀਂ ਹੁਣ ਚੜ ਰਹੇ ਹੋ। ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਮੁੱਛਾਂ ਨੂੰ ਵੱਟ ਕਿਉਂ ਚਾੜਦੇ ਹੋ? ਉਹ ਗੱਲ ਇੱਦਾਂ, ਅਸੀਂ ਕਹਿੰਦੇ ਹਾਂ ਯਾਰ ਆ ਮੁੱਛਾਂ ਵਧੀ ਜਾਂਦੀਆਂ ਤੇ ਤਨਖਾਹ ਵੱਧਦੀ ਨਹੀਂ। ਓਹੋ ਠੀਕ ਹੈ ਜੀ। ਹਵਲਦਾਰ ਖੜਕਾ ਦੜਕਾ ਜੀ, ਇੱਕ ਤੁਹਾਡੇ ਨਾਲ ਸਾਰੀ ਜਨਤਾ ਨੂੰ ਬਹੁਤ ਜ਼ਿਆਦਾ ਨਾਰਾਜ਼ਗੀ ਹੈ। ਨਾ ਦੱਸੋ ਵੀ ਪੁਲਿਸ ਤੋਂ ਤਾਂ ਸਾਰੀ ਦੁਨੀਆ ਨਾਰਾਜ਼ ਆ, ਤੁਸੀਂ ਕੋਈ ਖਾਸ ਦੱਸ ਦਿਓ ਕਿਹੜੀ ਨਾਰਾਜ਼ਗੀ ਆ? ਜਨਤਾ ਤੁਹਾਡੇ ਨਾਲ ਇਸ ਕਰਕੇ ਨਾਰਾਜ਼ ਆ, ਉਹ ਕਹਿੰਦੇ ਪੁਲਿਸ ਵਾਲੇ ਜਨਤਾ 'ਤੇ ਨਜਾਇਜ਼ ਲਾਠੀ ਚਾਰਜ ਕਰਦੇ ਨੇ। ਉਹ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿਉਂਕਿ ਸਰਕਾਰ ਨੇ ਸਾਨੂੰ ਚਾਰਜ ਦਿੱਤਾ, ਭਾਵੇਂ ਅਸੀਂ ਲਾਠੀ ਚਾਰਜ ਕਰੀਏ ਤੇ ਭਾਵੇਂ ਪੈਸੇ ਚਾਰਜ ਕਰੀਏ ਤੇ ਜਾਂ ਫਿਰ ਆਪਣਾ ਮੋਬਾਈਲ ਚਾਰਜ ਕਰੀਏ। ਓਹੋ ਹਵਲਦਾਰ ਖੜਕਾ ਦੜਕਾ ਜੀ, ਮੋਬਾਈਲ ਤੋਂ ਚੇਤੇ ਆਇਆ। ਜਨਤਾ ਕਹਿੰਦੀ ਹੈ ਕਿ ਅਸੀਂ 100 ਨੰਬਰ ਦੇ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਹਾਂ, ਨਾ ਤੁਸੀਂ ਜਨਤਾ ਦਾ ਫੋਨ ਚੱਕਦੇ ਆ, ਨਾ ਗੱਲ ਕਰਦੇ, ਇਹਦਾ ਕੀ ਕਾਰਨ ਹੈ? ਉਹ ਗੱਲ ਇੱਦਾਂ, ਮੈਂ ਤੁਹਾਨੂੰ ਦੱਸਦਾ ਵੀ ਮਹਿੰਗਾਈ ਬਹੁਤ ਹੋ ਗਈ ਆ ਤੇ 100 ਨੰਬਰ ਨਾਲ ਸਾਡਾ ਕੁਛ ਨਹੀਂ ਬਣਦਾ, ਇਸ ਕਰਕੇ ਅਸੀਂ ਹੁਣ ਨੰਬਰ ਚੇਂਜ ਕਰਕੇ 500 ਰੱਖ ਲਿਆ। ਤੇ ਤੁਸੀਂ ਇਹਦੇ ਬਾਰੇ ਜਨਤਾ ਨੂੰ ਕੀ ਕਹਿਣਾ ਚਾਹੋਗੇ? ਅਸੀਂ ਜਨਤਾ ਨੂੰ ਕਹਿਣਾ ਚਾਹੁੰਦੇ ਵੀ ਤੁਸੀਂ ਭਾਵੇਂ ਦਿਨ ਰਾਤ ਲੜੋ ਮਰੋ, ਪਰ ਜੇ ਸਾਨੂੰ ਬੁਲਾਉਣਾ ਤੇ ਨੰਬਰ 500 ਹੀ ਡਾਇਲ ਕਰੋ। ਇਹ ਤਾਂ ਗੱਲ ਸੀ ਖੜਕਾ ਦੜਕਾ ਜੀ ਤੁਹਾਡੇ ਫੋਨ ਨੰਬਰ ਦੀ। ਇੱਕ ਹੋਰ ਬਹੁਤ ਦੇਖਣ ਵਿੱਚ ਆਇਆ, ਜਦੋਂ ਤੁਸੀਂ ਸੜਕਾਂ 'ਤੇ ਨਾਕਾ ਲਾਉਂਦੇ ਹੋ, ਕਦੀ ਵੀ ਨਾਕੇ ਦੇ ਮੂਹਰੇ ਪ੍ਰੋਪਰਲੀ ਪੁਲਿਸੀਆਂ ਨਹੀਂ ਖੜਦੇ, ਰੇਹੜੀਆਂ ਦੇ ਪਿੱਛੇ ਲੁੱਕ ਕੇ ਖੜੇ ਹੁੰਦੇ ਹੋ, ਇਹ ਕਿਉਂ? ਅਸੀਂ ਕਹਿੰਦੇ ਹਾਂ ਵੀ ਲੈਣੀ ਤਾਂ ਤਨਖਾਹ ਹੀ ਆ ਅਤੇ ਅੱਗੇ ਹੋ ਕੇ ਕੀ ਲੈਣਾ। ਵੈਸੇ ਖੜਕਾ ਦੜਕਾ ਜੀ, ਤੁਹਾਡੀ ਜਿਹੜੀ ਡਿਊਟੀ ਹੈ, ਤੁਹਾਡੀ ਨੌਕਰੀ ਹੈ, ਬੜੀ ਵਧੀਆ ਹੈ। ਤੁਸੀਂ ਮੈਨੂੰ ਦੱਸਣਾ ਚਾਹੋਗੇ ਕਿ ਪੁਲਿਸ ਦੇ ਵਿੱਚ ਭਰਤੀ ਹੋਣ ਲਈ ਕੀ ਪੇਪਰ ਦੇਣੇ ਪੈਂਦੇ ਨੇ? ਉਹ ਪੇਪਰ ਨਹੀਂ ਦੇਣੇ ਪੈਂਦੇ, ਸਿੱਧੇ ਪੈਸੇ ਹੀ ਦੇਣੇ ਪੈਂਦੇ ਆ। ਅਤੇ ਜੇ ਹਾਂ ਗੱਲ ਆ ਤਾਂ ਫਿਰ ਤੁਸੀਂ ਨਾਕਿਆਂ 'ਤੇ ਕਿਉਂ ਲਿਖਿਆ ਹੁੰਦਾ ਕਿ ਪੁਲਿਸ ਸਹਾਇਤਾ? ਉਹੀ ਤਾਂ ਲਿਖਿਆ ਹੁੰਦਾ ਵੀ ਪੁਲਿਸ ਤੁਹਾਡੀ ਸਹਾਇਤਾ ਕਰਦੀ ਆ ਅਤੇ ਤੁਸੀਂ ਹੀ ਪੁਲਿਸ ਦੀ ਸਹਾਇਤਾ ਕਰੋ। ਅੱਛਾ ਖੜਕਾ ਦੜਕਾ ਜੀ, ਇੱਕ ਗੱਲ ਦਾ ਮੈਨੂੰ ਹੋਰ ਜਵਾਬ ਦਿਓ, ਤੁਸੀਂ ਦੱਸ ਸਕਦੇ ਹੋ ਸਾਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕਿ 420 ਦਾ ਮਤਲਬ ਕੀ ਹੁੰਦਾ? ਗੱਲ ਇੱਦਾਂ ਜੀ, 420 ਦਾ ਮਤਲਬ ਹੁੰਦਾ ਕਿ ਜਿਹੜਾ ਛੋਟਾ ਮੋਟਾ ਕੇਸ ਆ ਉਹ 420 ਰੁਪਏ ਦੇ ਕੇ ਰਫਾ ਦਫਾ ਹੋ ਸਕਦਾ। ਅੱਛਾ ਅੱਛਾ, ਅਤੇ ਹੁਣ ਖੜਕਾ ਦੜਕਾ ਜੀ ਤੁਸੀਂ ਇਹ ਦੱਸੋ ਕਿ ਜਿਹੜੇ ਪੰਛੀ ਹੁੰਦੇ ਨੇ, ਇੱਕ ਪਰਸਨਲ ਜਿਹਾ ਸਵਾਲ ਹੈ, ਜਿਹੜੇ ਪੰਛੀ ਹੁੰਦੇ ਨੇ ਉਹ ਆਸਮਾਨ ਦੇ ਵਿੱਚ ਕਿਉਂ ਉੱਡਦੇ ਨੇ? ਉਹ ਗੱਲ ਇੱਦਾਂ, ਪੰਛੀ ਜਿਹੜੇ ਆ ਬੰਦੇ ਨਾਲ ਸਿਆਣੇ ਆ, ਉਹਨਾਂ ਨੂੰ ਪਤਾ ਵੀ ਕਾਗਜ਼ਾਂ ਤੋਂ ਬਿਨਾਂ ਪੁਲਿਸ ਨੇ ਸੜਕਾਂ 'ਤੇ ਚੜ੍ਹਨ ਨਹੀਂ ਦੇਣਾ, ਇਸ ਕਰਕੇ ਰੱਬ ਨੇ ਪਰ ਦਿੱਤੇ ਆ, ਅਸਮਾਨ 'ਚ ਉੜੀ ਜਾਂਦੇ ਆ। ਓਹੋ ਹਵਲਦਾਰ ਖੜਕਾ ਦੜਕਾ ਜੀ, ਤੁਹਾਡੀਆਂ ਗੱਲਾਂ ਤੋਂ ਲੱਗਦਾ ਤੁਸੀਂ ਕਾਫੀ ਕੜਕ ਪੁਲਿਸ ਵਾਲੇ ਹੋ। ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਅੱਜ ਤੱਕ ਆਪਣੀ ਨੌਕਰੀ ਵਿੱਚ ਕਦੇ ਕੋਈ ਚੋਰ ਫੜਿਆ? ਚੋਰ ਫੜਿਆ ਮੈਂ ਇੱਕ ਵਾਰੀ ਨਾਕੇ 'ਤੇ ਖੜਾ ਤੇ ਉਧਰੋਂ ਮੋਟਰਸਾਈਕਲ 'ਤੇ ਚੋਰ ਚੋਰੀ ਕਰਕੇ ਆ ਗਿਆ। ਫਿਰ ਤੁਸੀਂ ਕੀ ਕੀਤਾ? ਮੈਂ ਕਿਹਾ ਚੋਰ ਅੱਗੇ ਅੱਗੇ, ਮੈਂ ਪਿੱਛੇ ਪਿੱਛੇ। ਅੱਛਾ, ਚੋਰ ਅੱਗੇ ਅੱਗੇ, ਮੈਂ ਪਿੱਛੇ ਪਿੱਛੇ। ਓਹੋ, ਅੱਗੇ ਜਾ ਕੇ ਮੈਂ ਚੋਰ ਨੂੰ ਫੜ ਲਿਆ। ਫਿਰ ਚੋਰ ਨੂੰ ਫੜ ਕੇ ਤੁਸੀਂ ਕੀ ਕੀਤਾ? ਉਹੀ ਕੀਤਾ ਜੋ ਸਾਡੀ ਪੁਲਿਸ ਕਰਦੀ ਆ। ਤੁਹਾਡੀ ਪੁਲਿਸ ਕੀ ਕਰਦੀ ਹੈ? ਪੈਸੇ ਲੈ ਕੇ ਛੱਡ ਦਿੰਦੀ ਆ। ਤੇ ਤੁਸੀਂ? ਬਸ ਫਿਰ ਮੈਂ ਵੀ ਪੈਸੇ ਲੈ ਚੋਰ ਛੱਡਤਾ। ਓਹੋ ਹਵਲਦਾਰ ਖੜਕਾ ਦੜਕਾ ਜੀ, ਇਹ ਤਾਂ ਗੱਲ ਸੀ ਪੁਲਿਸ ਦੀ, ਹੁਣ ਮੈਂ ਤੁਹਾਡੀ ਪਰਸਨਲ ਜ਼ਿੰਦਗੀ ਬਾਰੇ ਪੁੱਛਣਾ ਚਾਹੁੰਦਾ। ਪੁੱਛੋ ਪੁੱਛੋ। ਕੀ ਤੁਹਾਨੂੰ ਵੀ ਸਾਡੇ ਵਾਂਗੂ ਕੋਈ ਤਿਉਹਾਰ ਚੰਗਾ ਲੱਗਦਾ ਜੀ? ਉਹ ਸਾਡੇ ਕਾਹਦੇ ਦਿਨ ਤਿਉਹਾਰ, ਜਦੋਂ ਹੁੰਦੀ ਆ 15 ਅਗਸਤ ਸਾਨੂੰ ਪਿਆ ਹੁੰਦਾ ਵਕਤ, ਅਤੇ ਜਦੋਂ ਦੁਸਹਿਰਾ ਹੁੰਦਾ ਲੋਕੀ ਮਠਿਆਈਆਂ ਖਾਂਦੇ ਆ, ਤੇ ਸਾਡਾ ਰਾਵਣ ਦੇ ਆਲੇ ਦੁਆਲੇ ਪਹਿਰਾ ਹੁੰਦਾ। ਉਹ ਕਿਉਂ? ਵੀ ਕੋਈ ਰਾਮਚੰਦਰ ਤੋਂ ਪਹਿਲਾਂ ਇਹਨਾਂ ਨੂੰ ਅੱਗ ਲਾ ਦੇ। ਓਹੋ ਹਵਲਦਾਰ ਖੜਕਾ ਦੜਕਾ ਜੀ, ਇਹ ਤਾਂ ਗੱਲ ਸੀ 15 ਅਗਸਤ ਤੇ ਦੁਸਹਿਰੇ ਦੀ, ਪਰ ਦੀਵਾਲੀ ਤਾਂ ਸਾਰਿਆਂ ਦਾ ਫੇਵਰਟ ਤਿਉਹਾਰ ਹੁੰਦਾ। ਉਹ ਗੱਲ ਸੁਣ ਭਰਾ, ਸਾਡੀ ਕਾਹਦੀ ਦੀਵਾਲੀ ਹੁੰਦੀ ਆ? ਸਾਨੂੰ ਤੇ ਵੱਡੇ ਸਾਹਿਬ ਕੋਲੋਂ ਗਾਲਾਂ ਪੈਂਦੀਆਂ ਕਿਉਂਕਿ ਅਫਸਰਾਂ ਨੇ ਘੁੱਟ ਘੁੱਟ ਲਾ ਲਈ ਹੁੰਦੀ ਆ। ਓਹੋ ਖੜਕਾ ਦੜਕਾ ਜੀ, ਤੁਹਾਡਾ ਲੋਹੜੀ ਬਾਰੇ ਕੀ ਖਿਆਲ ਹੈ? ਉਹ ਲੋਹੜੀ ਵਾਲੇ ਦਿਨ ਲੋਕੀ ਖੁਸ਼ੀਆਂ ਮਨਾਉਂਦੇ ਆ ਕਿਉਂਕਿ ਲੋਹੜੀ ਹੁੰਦੀ ਆ, ਤੇ ਅਸੀਂ 2 ਘੰਟਿਆਂ ਲਈ ਘਰ ਆਈਦਾ ਕਿਉਂਕਿ ਸਾਡੀ ਛੁੱਟੀ ਥੋੜੀ ਹੁੰਦੀ ਆ। ਓਹੋ ਹਵਲਦਾਰ ਖੜਕਾ ਦੜਕਾ ਜੀ, ਮੈਂ ਦਿਨ ਤਿਉਹਾਰਾਂ ਤੋਂ ਬਾਹਰ ਆਉਂਦਾ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੀ ਅਕਸਰ ਨਾਕਿਆਂ ਦੀ ਡਿਊਟੀ ਲੱਗੀ ਰਹਿੰਦੀ ਹੈ, ਹਰ ਤਰ੍ਹਾਂ ਦੇ ਬੰਦੇ ਨਾਲ ਤੁਹਾਡਾ ਵਾਹ ਪੈਂਦਾ ਹੋਣਾ, ਕੋਈ ਐਸਾ ਵਾਕਿਆ ਹੈ ਜਿਹੜਾ ਹਾਲੇ ਤੱਕ ਤੁਹਾਨੂੰ ਯਾਦ ਹੋਵੇ? ਲੈ ਮੈਂ ਤੁਹਾਨੂੰ ਕੱਲ੍ਹ ਦੀ ਗੱਲ ਦੱਸਦਾ, ਮੈਂ ਨਾਕੇ 'ਤੇ ਖੜਾਂ ਅਤੇ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਓਏ ਕਿੱਥੋਂ ਆ? ਫਿਰ ਉਹ ਬੰਦਾ ਕੀ ਕਹਿੰਦਾ? ਕਹਿੰਦਾ ਜੀ ਮੈਂ ਆਪਣੇ ਘਰੋਂ ਆਇਆ। ਫਿਰ ਤੁਸੀਂ ਕੀ ਕਿਹਾ? ਮੈਂ ਕਿਹਾ ਝੂਠੀ ਬੋਲੀ ਜਾਂਦਾ, ਹੁਣ ਤੇਰੇ ਘਰੋਂ ਤਾਂ ਅਸੀਂ ਆਏ ਹਾਂ। ਲੈ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਗੱਲ ਦੱਸਦਾ,
मैं एक ट्रक वाला नाके ते रोक लिया। अच्छा उन्हें पिछे लिखा असी फिर मिलेंगे। फिर मैं कहा गल सुनो फिर पता नहीं साडी ड्यूटी कित्थे होनी है तू साइड ते हो गए हुणे मिल ला। खड़का दड़का जी ये तो गल सी ट्रक ड्राइवर की। हुण मैं थोड़े को पुछना चाहना कि हिमाचल की पुलिस ते साडे पंजाब की पुलिस विच दोनों विच की फर्क है? ओ फर्क मैं तुहानू दसदा जी, जे इत्थे बंदा गलती करे ते पंजाब दी पुलिस ओहदियां लत्तां भन जांदी आ, ते जे बंदा एही गलती हिमाचल दी पुलिस मूहरे करे ओथे कोई चक्कर नहीं, ओ पुलिस तां बीड़ियां दे बंडल नाल मन जांदी आ। ठीक है हवलदार खड़का दड़का जी, इह तां गल सी साडे देश दी पुलिस दी, पर हुण तुसीं मैनूं दसो कि साडी पुलिस यानी कि देश दी पुलिस ते बाहरले मुल्कां दी पुलिस विच की फर्क है? फर्क इस तरह भी जे बंदा कोई बाहर गुनाह करे ਬਾਹਰਲੀ ਜਿਹੜੀ ਪੁਲਿਸ ਆ 20 ਸਾਲਾਂ ਬਾਅਦ ਵੀ ਬੰਦਾ ਫੜ ਲੈਂਦੀ ਆ, ਤੇ ਸਾਡੀ ਪੁਲਿਸ 20 ਦਿਨ ਬਾਅਦ ਬੰਦਾ ਛੱਡ ਦਿੰਦੀ ਆ। ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰੀਏ ਪਰ ਮਾਫੀ ਚਾਹੁੰਦੇ ਆ ਜੀ ਤੁਹਾਡੇ ਕੋਲ, ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਇਦਾਂ ਹੀ ਕਹਿੰਦੇ ਹੁੰਦੇ ਤੇਰੇ ਵਰਗੇ ਸਮਾਂ ਇਜਾਜ਼ਤ ਨਹੀਂ ਦਿੰਦਾ। ਚੰਗਾ ਫਿਰ ਸਮਾਂ ਇਜਾਜ਼ਤ ਨਹੀਂ ਦਿੰਦਾ ਤਾਂ ਮੈਨੂੰ 50 ਰੁਪਈਏ ਦੇ, ਮੈਂ ਗੱਡੀ 'ਚ ਤੇਲ ਪਵਾਉਣਾ। 50 ਰੁਪਈਏ ਕਾਹਦੇ? ਲੈ ਮੈਂ ਤੈਨੂੰ ਇੱਥੇ ਆ ਕੇ ਇੰਟਰਵਿਊ ਨਹੀਂ ਦਿੱਤੀ? ਉਹ ਕਾਕਾ ਪੁਲਿਸ ਆ ਸੁੱਕੀ ਨਹੀਂ ਜਾਂਦੀ, ਕੱਢ 50 ਰੁਪਈਏ ਕਮਾਲ ਗੱਲਾਂ ਮਾਰੀ ਜਾਂਦਾ। 2 ਘੰਟੇ ਦੇ ਨਾਕੇ ਤੇ ਹੁੰਦਾ, ਮੈਂ 500 ਕਮਾ ਲੈਣਾ ਸੀ ਫੜਾ ਉਰੇ। ਲਓ ਜੀ 50 ਰੁਪਈਏ ਤੇ ਤੁਸੀਂ ਨਾਕੇ ਤੇ ਚੱਲੋ ਜਨਾਬ, ਕਿਉਂਕਿ ਭੋਟੂ ਸ਼ਾਹ ਤੇ ਬੀਬਾ ਕੋਮਲ ਨੇ ਜਨਤਾ ਦੇ ਖਾਤਾ ਦੇ ਦੇਣੀ ਆ ਜਵਾਬ। ਮੈਂ ਪਾਵਾਂ ਬਾਤ ਪਿਆਰਾਂ ਦੀ, ਉਹ ਗੱਲ ਗੱਲ ਤੇ ਲੜਦੇ ਨੇ, ਜਣੇ ਖਣੇ ਨਾਲ ਲੈ ਕੇ ਪੰਗਾ, ਦੁਨੀਆਂ ਕੋਲੋਂ ਡਰਦੇ ਨੇ, ਦਿੰਦੇ ਨੇ ਜਦ ਲੋਕ ਲਾਮਾ, ਤੰਗ ਹੁੰਦੇ ਉਹਨਾਂ ਦੇ ਕਰਦੇ ਨੇ। ਸੋ ਮੈਂ ਕੋਮਲ ਪੜਦੀਆਂ ਖੱਤ ਤੁਹਾਡੇ, ਆਓ ਦੇਖੀਏ ਪੋਟੂ ਸ਼ਾਹ ਕਿੱਦਾਂ ਦੇ ਜਵਾਬ ਕਰਦੇ ਨੇ। ਬੀਬਾ ਕੋਮਲ ਜੀ, ਮੇਰੇ ਬਾਰੇ ਤੁਸੀਂ ਇੱਦਾਂ ਨਾ ਬੋਲੋ, ਤੁਸੀਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਖੱਤ ਖੋਲੋ। ਪੋਟੂ ਸ਼ਾਹ ਜੀ, ਜਿਹੜਾ ਖੱਤ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਜਾ ਰਹੀ ਹਾਂ, ਉਹ ਆਇਆ ਹੈ ਸ਼ਰਾਬੀ ਕਲੋਨੀ ਤੋਂ, ਤੇ ਲਿਖਣ ਵਾਲੇ ਨੇ ਮਾਮਾ ਗੁਰਦੀਨਾ ਜੀ। ਮਾਮਾ ਗੁਰਦੀਨਾ ਜੀ ਕੀ ਲਿਖਦੇ ਨੇ? ਮਾਮਾ ਗੁਰਦੀਨਾ ਜੀ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 5 ਸਵਾਲ ਪੁੱਛਣਾ ਚਾਹੁੰਦਾ। ਮੈਂ ਜਵਾਬ ਦਿਆਂਗਾ। ਤੇ ਪਹਿਲਾ ਸਵਾਲ ਉਹਨਾਂ ਨੇ ਪੁੱਛਿਆ ਕਿ ਸ਼ਰਾਬੀ ਸ਼ਰਾਬ ਪੀਣ ਤੋਂ ਪਹਿਲਾਂ ਗਲਾਸੀਆਂ ਕਿਉਂ ਖੜਕਾਉਂਦੇ ਨੇ? ਮਾਮਾ ਗੁਰਦੀਨਾ ਜੀ, ਗੱਲ ਇਸ ਤਰ੍ਹਾਂ, ਸ਼ਰਾਬੀ ਸ਼ਰਾਬ ਪੀਣ ਤੋਂ ਪਹਿਲਾਂ ਗਲਾਸੀਆਂ ਤਾਂ ਖੜਕਾਉਂਦੇ ਆ, ਕਹਿੰਦੀ ਹੁਣ ਹੁਣ ਗਲਾਸੀਆਂ ਖੜਕਾ ਲਈਏ, ਜਦੋਂ ਸ਼ਰਾਬ ਦਾ ਨਸ਼ਾ ਹੋ ਗਿਆ ਮੁੜ ਕੇ ਤੇ ਡਾਂਗਾਂ ਹੀ ਖੜਕਣੀਆਂ। ਸ਼ਾਹ ਜੀ, ਦੂਸਰਾ ਸਵਾਲ ਉਹਨਾਂ ਨੇ ਬੜਾ ਵਧੀਆ ਪੁੱਛਿਆ, ਕਹਿੰਦੇ ਨੇ ਕਈ ਸ਼ਰਾਬੀ ਸੁੱਕੀ ਸ਼ਰਾਬ ਪੀ ਜਾਂਦੇ ਨੇ, ਉਹ ਵਿੱਚ ਪਾਣੀ ਨਹੀਂ ਪਾਉਂਦੇ। ਉਹ ਗੱਲ ਇਸ ਤਰ੍ਹਾਂ ਆ, ਉਹ ਬੜੇ ਸਮਝਦਾਰ ਸ਼ਰਾਬੀ ਨੇ ਜਿਹੜੇ ਸੁੱਕੀ ਸ਼ਰਾਬ ਪੀਂਦੇ ਨੇ, ਉਹਨਾਂ ਨੂੰ ਪਤਾ ਵੀ ਠੇਕੇ ਵਾਲੇ ਪਹਿਲੇ ਬੜਾ ਪਾਣੀ ਪਾ ਕੇ ਵੇਚਦੇ ਆ, ਸਾਨੂੰ ਪਾਣੀ ਪਾਉਣ ਦਾ ਕੀ ਫਾਇਦਾ? ਸ਼ਾਹ ਜੀ, ਉਹਨਾਂ ਨੇ ਤੀਜਾ ਸਵਾਲ ਪੁੱਛਿਆ, ਸ਼ਰਾਬੀ ਜਦੋਂ ਸ਼ਰਾਬ ਪੀ ਕੇ ਡਿੱਗ ਜਾਂਦੇ ਨੇ ਤੇ ਕੁੱਤੇ ਉਹਨਾਂ ਦੇ ਮੂੰਹ ਕਿਉਂ ਚੱਟਦੇ ਨੇ? ਮਾਮਾ ਗੁਰਦੀਨਾ ਜੀ, ਗੱਲ ਇਸ ਤਰ੍ਹਾਂ, ਜਦੋਂ ਸ਼ਰਾਬੀ ਸ਼ਰਾਬ ਪੀ ਕੇ ਡਿੱਗ ਜਾਂਦੇ ਆ, ਕੁੱਤੇ ਉਹਨਾਂ ਦਾ ਮੂੰਹ ਤਾਂ ਚੱਟਦੇ ਆ, ਉਹ ਕਹਿੰਦੇ ਜੀ ਸ਼ਰਾਬੀ ਬੋਤਲ ਪੀ ਕੇ ਥੱਲੇ ਡਿੱਗਿਆ, ਅਸੀਂ ਇਹਦਾ ਮੂੰਹ ਚੱਟਾਂਗੇ ਤੇ ਸਾਨੂੰ ਕਮ ਸੇ ਕਮ ਪਾਈਆ ਦਾ ਨਸ਼ਾ ਤਾਂ ਹੋਵੇਗਾ ਹੀ। ਸ਼ਾਹ ਜੀ, ਹੁਣ ਤਾਂ ਬੜਾ ਔਖਾ ਸਵਾਲ ਪੁੱਛਿਆ ਮਾਮੇ ਗੁਰਦੀਨੇ ਨੇ। ਦੱਸੋ ਮਾਮਾ ਗੁਰਦੀਨਾ ਜੀ ਕੀ ਪੁੱਛਦੇ ਆ? ਉਹ ਪੁੱਛਦੇ ਨੇ ਕਿ ਪੈਗ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਪੈਗ ਮੇਰੇ ਹਿਸਾਬ ਨਾਲ ਤੇ ਮਾਮਾ ਜੀ 3 ਪ੍ਰਕਾਰ ਦੇ ਹੁੰਦੇ ਆ। ਜਦੋਂ ਸ਼ਰਾਬੀ ਬਹਿੰਦੇ ਆ ਉਦੋਂ ਕਹਿੰਦੇ ਆਓ ਯਾਰ ਬੈਠਣ ਪੈਗ ਲਾ ਲਈਏ, ਤੇ ਜਦੋਂ ਸ਼ਰਾਬੀ ਪੀ ਕੇ ਉੱਠਦੇ ਆ ਉਦੋਂ ਕਹਿੰਦੇ ਚਲੋ ਇੱਕ ਇੱਕ ਉੱਠਣ ਪੈਗ ਲਾ ਲਈਏ, ਤੇ ਜਦੋਂ ਬਾਅਦ ਚੋਂ ਵੀ ਦਿਲ ਕਰਦਾ ਪੀਣ ਨੂੰ ਫਿਰ ਕਹਿੰਦੇ ਆਓ ਯਾਰ ਇੱਕ ਇੱਕ ਡਿੱਗਣ ਪੈਗ ਲਾ ਲਈਏ। ਅੱਛਾ, ਤੇ ਅਖੀਰ ਵਿੱਚ ਇਹਨਾਂ ਨੇ ਬੜਾ ਅੱਛਾ ਸਵਾਲ ਕੀਤਾ ਹੈ, ਕਹਿੰਦੇ ਨੇ ਕਿ 31 ਮਾਰਚ ਨੂੰ ਠੇਕੇ ਕਿਉਂ ਟੁੱਟਦੇ ਨੇ? ਮਾਮਾ ਜੀ ਮੈਂ ਤੁਹਾਨੂੰ ਦੱਸਦਾ ਵੀ 31 ਮਾਰਚ ਨੂੰ ਠੇਕੇ ਕਿਉਂ ਟੁੱਟਦੇ ਆ। ਉਹ ਠੇਕੇ ਵਾਲੇ ਕਹਿੰਦੇ ਵੀ ਸਾਰਾ ਸਾਲ ਸ਼ਰਾਬ ਪੀ ਪੀ ਕੇ ਸ਼ਰਾਬੀਆਂ ਦੀਆਂ ਲੱਤਾਂ ਬਾਹਾਂ ਟੁੱਟਦੀਆਂ, ਜੇ ਇੱਕ ਦਿਨ 31 ਮਾਰਚ ਨੂੰ ਠੇਕੇ ਟੁੱਟ ਗਏ ਤਾਂ ਕੀ ਹੋ ਗਿਆ? ਪੋਟੂ ਸ਼ਾਹ ਜੀ, ਹੁਣ ਥੋੜੇ ਜੇ ਸਿੱਧੇ ਹੋ ਜਾਓ। ਆ ਮੈਂ ਸਿੱਧਾ ਹੋ ਗਿਆ। ਲਓ ਇਹ ਸਾਨੂੰ ਜਿਹੜਾ ਖਾਤਾ ਆਇਆ ਹੈ ਸ਼ਰਾਰਤਪੁਰ ਤੋਂ। ਸ਼ਰਾਰਤਪੁਰ ਤੋਂ ਉੱਥੇ ਵੀ ਖਾਤਾ ਨੇ ਸ਼ੁਰੂ ਹੋ ਗਏ? ਹਾਂਜੀ, ਦੇਖੋ ਕਿੰਨੀ ਵੱਡੀ ਗੱਲ ਹੈ, ਕਿੰਨਾ ਵਧੀਆ ਸਾਡਾ ਪ੍ਰੋਗਰਾਮ ਚੱਲਦਾ ਪਿਆ ਕਿ ਸ਼ਰਾਰਤਪੁਰ ਤੋਂ ਖਤ ਆਉਂਦੇ ਪਏ ਨੇ। ਅੱਛਾ ਦੱਸੋ ਲਿਖਿਆ ਕੀ ਹੈ? ਲਿਖਣ ਵਾਲੇ ਨੇ ਪੰਗਾ ਰਾਮ ਜੀ। ਪੰਗਾ ਰਾਮ ਜੀ, ਓਹੋ, ਇਹ ਤਾਂ ਪੰਗਾ ਪਊਗਾ, ਪੜ ਕੇ ਦੱਸੋ ਕੀ ਹੈ। ਬਿਲਕੁਲ, ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਜਿਹਨੇ ਬੜਾ ਵਧੀਆ ਸਵਾਲ ਕੀਤਾ ਹੈ, ਤੇ ਉਹਨੇ ਆਪਣਾ ਇੱਕ ਚਿੱਤਰ ਵੀ ਬਣਾ ਕੇ ਭੇਜਿਆ ਜਿਹਦਾ ਨਾਮ ਹੈ ਚਿੰਟੂ ਚੁਟਕੀ ਜੀ। ਅੱਛਾ ਚਿੰਟੂ ਚੁਟਕੀ, ਇਹ ਕੀ ਲਿਖਦੇ ਨੇ? ਇਹਨਾਂ ਨੇ ਪਹਿਲੇ ਤਾਂ ਚਿੱਤਰ ਬਣਾ ਕੇ ਭੇਜਿਆ, ਦੇਖੋ ਜੀ। ਹਾਂ, ਬਹੁਤ ਸੋਹਣਾ ਬਣਾ ਕੇ ਭੇਜਿਆ। ਇਹ ਲਿਖਦੇ ਨੇ ਪੋਟੂ ਸ਼ਾਹ ਜੀ, ਇਹ ਦੱਸੋ ਕਿ ਚੰਦਰਮਾ ਦੂਰ ਹੈ ਕਿ ਅਮਰੀਕਾ ਦੂਰ ਹੈ? ਮੇਰੇ ਹਿਸਾਬ ਨਾਲ ਤੇ ਅਮਰੀਕਾ ਦੂਰ ਹੈ। ਉਹ ਕਿੱਦਾਂ ਪੋਟੂ ਸ਼ਾਹ ਜੀ? ਗੱਲ ਇਸ ਤਰ੍ਹਾਂ ਵੀ ਜਿਹੜਾ ਚੰਦਰਮਾ ਉਹ ਤੇ ਸਾਡੇ ਕੋਠੇ ਦੀ ਛੱਤ ਤੋਂ ਦਿਖ ਜਾਂਦਾ,
ਤੇ ਤੁਸੀਂ ਸਾਡੇ ਸ਼ਕੋਠੇ ਦੀ ਛੱਤ ਤੋਂ ਖੜੇ ਹੋ ਕੇ ਅਮਰੀਕਾ ਨਹੀਂ ਜਾ ਸਕਦੇ। ਸੋ ਕੋਟੂ ਸ਼ਾਹ ਜੀ, ਅਗਲਾ ਖਤ ਸਾਡੇ ਪੰਗਾ ਰਾਮ ਜੀ ਨੇ ਲਿਖਿਆ ਹੈ ਤੇ ਉਹ ਕਹਿੰਦੇ ਨੇ ਕਿ ਮੇਰਾ ਬੱਚਾ ਸਰਕਾਰੀ ਸਕੂਲ ਪੜ੍ਹਦਾ ਹੈ, ਉਹ ਸਕੂਲ ਹੀ ਨਹੀਂ ਜਾਂਦਾ। ਪੰਗਾ ਰਾਮ ਜੀ, ਗੱਲ ਇਸ ਤਰ੍ਹਾਂ, ਤੁਹਾਡਾ ਬੱਚਾ ਤੁਹਾਡੇ ਨਾਲ ਜ਼ਿਆਦਾ ਸਿਆਣਾ, ਕਿਉਂਕਿ ਬੱਚੇ ਤੁਹਾਡੇ ਨੂੰ ਪਤਾ ਵੀ ਸਰਕਾਰੀ ਸਕੂਲਾਂ 'ਚ ਕਿਹੜੀ ਪੜ੍ਹਾਈ ਹੁੰਦੀ ਹੈ, ਇਸ ਕਰਕੇ ਉਹ ਨਹੀਂ ਜਾਂਦਾ। ਬਹੁਤ ਚੰਗੀ ਗੱਲ ਆ। ਨਾਲੇ ਜੇ ਤੁਹਾਨੂੰ ਬੱਚੇ ਨਾ ਪੜ੍ਹਨ ਦਾ ਦੁੱਖ ਹੈ ਤੇ ਫਿਰ ਤੁਸੀਂ ਇਦਾਂ ਕਰੋ, ਬੱਚੇ ਨੂੰ ਘਰ ਬਿਠਾ ਲਓ ਤੇ ਬਸਤਾ ਲੈ ਕੇ ਸਕੂਲੇ ਆਪ ਚਲ ਜਾਇਆ ਕਰੋ। ਸ਼ਾਹ ਜੀ, ਇੱਕ ਛੋਟੀ ਜਿਹੀ ਸ਼ਿਕਾਇਤ ਹੋਰ ਹੈ। ਕਿਹੜੀ? ਉਹ ਕਹਿੰਦੇ ਨੇ ਕਿ ਜਦੋਂ ਸਾਡਾ ਬੱਚਾ ਸਕੂਲ ਜਾਂਦਾ ਹੈ ਤੇ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਹੈ ਤੇ ਟੀਚਰਾਂ ਕਹਿੰਦੀਆਂ ਕਿ ਸਕੂਲ ਨੂੰ ਸਿਰ ਤੇ ਚੱਕ ਲੈਂਦਾ ਹੈ। ਦੱਸੋ ਅਸੀਂ ਟੀਚਰਾਂ ਨੂੰ ਕੀ ਜਵਾਬ ਦਈਏ? ਦੇਖੋ ਜੀ, ਇਹ ਟੀਚਰਾਂ ਝੂਠ ਬੋਲਦੀਆਂ ਨੇ। ਅੱਜ ਕੱਲ੍ਹ ਤੇ ਕਿਤਾਬਾਂ ਹੀ ਇੰਨੀਆਂ ਹੋ ਗਈਆਂ, ਬੱਚੇ ਵਿਚਾਰੇ ਕਿਤੇ ਬਸਤਾ ਨਹੀਂ ਚੱਕਿਆ ਜਾਂਦਾ ਤੇ ਉਹਨੇ ਸਕੂਲ ਕਿੱਥੋਂ ਸਿਰ ਤੇ ਚੱਕ ਲੈਣਾ। ਭੱਲੇ ਪੰਗਾ ਰਾਮ ਜੀ ਨੇ ਤੇ ਬੜੀ ਵਧੀਆ ਗੱਲ ਲਿਖੀ ਹੈ ਪੋਟੂ ਸ਼ਾਹ ਜੀ। ਕਹਿੰਦੇ ਨੇ ਤੇ ਸਕੂਲ ਦੀਆਂ ਬੱਸਾਂ ਤੇ ਸਕੂਲ ਬੱਸ ਕਿਉਂ ਲਿਖਿਆ ਹੁੰਦਾ ਹੈ? ਇਹ ਗੱਲ ਇਸ ਤਰ੍ਹਾਂ, ਇਹ ਸਕੂਲ ਬੱਸ ਸਕੂਲ ਵਾਲਿਆਂ ਨੇ ਨਹੀਂ ਲਿਖਾਇਆ ਹੁੰਦਾ, ਇਹ ਦਰਅਸਲ ਬੱਸ ਚਲਾਉਣ ਵਾਲੇ ਡਰਾਈਵਰ ਨੇ ਲਿਖਾਇਆ ਹੁੰਦਾ ਕਿ ਸਕੂਲ ਦੀ ਹੁਣ ਬੱਸ ਹੈ, ਤੁਸੀਂ ਆਪਣੇ ਤੋਂ ਬੱਚੇ ਹਟਾ ਦਿਓ। ਅੱਛਾ ਅੱਛਾ, ਠੀਕ ਹੈ ਜੀ। ਅਗਲਾ ਸਵਾਲ ਇਹਨਾਂ ਨੇ ਪੁੱਛਿਆ ਆਖਿਰ ਵਿੱਚ, ਕਹਿੰਦੇ ਨੇ ਸਕੂਲਾਂ ਦੇ ਵਿੱਚ ਹੁਣ ਦੱਸੋ ਕਿ ਕੀ ਚੇਂਜ ਆਇਆ? ਚੇਂਜਿੰਗ ਇਹ ਆਈ ਆ ਵੀ ਪਹਿਲਾਂ ਬੱਚੇ ਗੈਰ ਹਾਜ਼ਰ ਹੁੰਦੇ ਸੀਗੇ ਤੇ ਹੁਣ ਟੀਚਰ ਆਪ ਗੈਰ ਹਾਜ਼ਰ ਹੁੰਦੇ ਆ। ਤੇ ਅਗਲਾ ਖਤ ਜਿਹੜਾ ਆਇਆ, ਹੁਣ ਤੁਸੀਂ ਜਰਾ ਸਿੱਧੇ ਹੋ ਜਾਓ। ਕੇਬੀ ਭਾ, ਗੱਲ ਸੁਣ ਲੈ, ਜੇ ਤੈਨੂੰ ਮੇਰੇ 'ਚ ਕੋਈ ਵਿੰਗ ਲੱਗਦਾ ਨਾ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪ੍ਰੈਸ ਕਰ ਲਿਆ ਕਰ। ਹਲਾ ਮੈਡਮ, ਸਿੱਧਾ ਹੋ, ਸਵਾਲ ਪੜੋ। ਸ਼ਾਹ ਜੀ, ਅਗਲਾ ਖਤ ਸਾਨੂੰ ਆਇਆ ਪੋਇਟਰੀ ਫਾਰਮ ਤੋਂ। ਓਹੋ ਹੋ, ਉੱਥੋਂ ਵੀ ਖਤ ਆਉਣ ਲੱਗ ਪਏ, ਕੀ ਲਿਖਦੇ ਆ? ਹਾਂਜੀ, ਤੇ ਲਿਖਣ ਵਾਲੇ ਨੇ ਕੁੱਕੜ ਖੰਭ ਜੀ। ਓਹੋ ਹੋ, ਕੁੱਕੜ ਖੰਭ ਲਿਖਦੇ ਆ। ਅੱਛਾ ਅੱਛਾ, ਕੀ ਲਿਖਦੇ ਆ? ਇਹਨਾਂ ਨੇ ਲਿਖਿਆ, ਸਾਡੀਆਂ ਮੁਰਗੀਆਂ ਸਾਰਾ ਦਿਨ ਅੱਖਾਂ ਬੰਦ ਕਰਕੇ ਬੈਠੀਆਂ ਰਹਿੰਦੀਆਂ, ਦੱਸੋ ਕਿਉਂ? ਗੱਲ ਇਸ ਤਰ੍ਹਾਂ ਜੀ, ਅੱਜ ਕੱਲ ਪੋਲਟਰੀ ਫਾਰਮ ਤੇ ਜਿਹੜੇ ਭਈਏ ਆ ਉਹ ਰਾਤ ਦੇਰ ਤੱਕ ਟੀਵੀ ਦੇਖਦੇ ਰਹਿੰਦੇ ਆ ਤੇ ਨਾਲ ਮੁਰਗੀਆਂ ਵੀ ਟੀਵੀ ਦੇਖਦੀਆਂ ਰਹਿੰਦੀਆਂ ਤੇ ਸਵੇਰ ਨੂੰ ਫਿਰ ਮੁਰਗੀਆਂ ਨੇ ਸੌਣਾ ਹੀ ਆ। ਤੇ ਦੂਸਰਾ ਸਵਾਲ ਇਹਨਾਂ ਨੇ ਕੀਤਾ ਹੈ, ਬੜਾ ਵਧੀਆ। ਕਹਿੰਦੇ ਨੇ ਕਿ ਮੁਰਗੀ ਆਂਡੇ ਉੱਤੇ ਕਿਉਂ ਬਹਿੰਦੀ ਹੈ? ਤੇ ਦੱਸੋ ਹੁਣ, ਮੁਰਗੀ ਕੋ ਕਿਹੜਾ ਬਹਿਣ ਲਈ ਕੁਰਸੀ ਹੁੰਦੀ ਹੈ? ਤੁਹਾਡਾ ਕੀ ਖਿਆਲ ਆ, ਹੁਣ ਮੁਰਗੀ ਨੂੰ ਬਹਿਣ ਲਈ ਸੋਫਾ ਲੈ ਦਈਏ? ਮੁੜ ਕੇ ਫਿਰ ਮੁਰਗੀ ਨੇ ਕਹਿਣਾ ਮੈਨੂੰ ਫ੍ਰਿਜ ਵੀ ਲੈ ਕੇ ਦਿਓ, ਮੈਂ ਵਿੱਚ ਆਂਡੇ ਰੱਖਣੇ ਆ। ਅੱਛਾ, ਇਹ ਪੋਟੂ ਸ਼ਾਹ ਜੀ, ਅਗਲਾ ਸਵਾਲ ਇਹਨਾਂ ਨੇ ਪੁੱਛਿਆ ਹੈ ਕਿ ਕੁੱਕੜ ਤੜਕੇ 4 ਵਜੇ ਬਾਂਗਾ ਕਿਉਂ ਦਿੰਦਾ ਹੈ? ਓਹੋ, ਕੁੱਕੜ ਵੀ ਬਸ ਸਿਆਣੇ ਆ, ਕੁੱਕੜ ਨੂੰ ਪਤਾ ਵੀ ਸਵੇਰੇ ਸਵੇਰੇ ਬੋਲੋ, ਮੁੜ ਕੇ ਫਿਰ ਦਿਨ ਚੜ ਗਿਆ ਤੇ ਲੋਕਾਂ ਨੇ ਕਿੱਥੇ ਬੋਲਣ ਦੇਣਾ। ਪੋਟੂ ਸ਼ਾਹ ਜੀ ਵਾਕਈ ਬੜੀਆਂ ਵਧੀਆ ਗੱਲਾਂ ਕਰਦੇ ਹੋ। ਫਿਰ ਉਹਨਾਂ ਨੇ ਪੁੱਛਿਆ ਕਿ ਸਾਡੀਆਂ ਮੁਰਗੀਆਂ ਆਂਡੇ ਨਹੀਂ ਦਿੰਦੀਆਂ, ਦੱਸੋ ਕੀ ਕਰੀਏ? ਜੇ ਤੁਹਾਡੀਆਂ ਮੁਰਗੀਆਂ ਆਂਡੇ ਨਹੀਂ ਦਿੰਦੀਆਂ ਤੇ ਉਹਨੂੰ ਫਿਰ ਤੁਸੀਂ ਮੇਰਾ ਸ਼ੋਅ ਦਿਖਾਇਆ ਕਰੋ, ਤੁਸੀਂ ਆਂਡਿਆਂ ਦੀ ਗੱਲ ਕਰਦੇ ਹੋ, ਤੁਹਾਡੀਆਂ ਮੁਰਗੀਆਂ ਡਾਇਰੈਕਟ ਚੂਚੇ ਦੇਣਗੀਆਂ। ਅੱਛਾ ਪੋਤੂ ਸ਼ਾਹ ਜੀ, ਵਾਕਈ ਬਹੁਤ ਵਧੀਆ ਗੱਲਾਂ ਤੁਹਾਡੀਆਂ। ਤੇ ਕੁਝ ਖਤ ਹੋਰ ਨੇ ਤੇ ਇਹਨਾਂ ਦੇ ਨਾਲ ਦੀ ਨਾਲ ਆਪਾਂ ਜਵਾਬ ਦੇ ਦਈਏ ਤੇ ਚੰਗੀ ਗੱਲ ਹੈ। ਮੈਂ ਕਿਹਾ ਤੁਸੀਂ ਪੜ੍ਹੀ ਜਾਓ, ਜਵਾਬ ਦੇਣ ਹੀ ਬੈਠੇ। ਪੋਤੂ ਸ਼ਾਹ ਜੀ, ਅਗਲਾ ਖਤ ਜਿਹੜਾ ਆਇਆ ਸਾਨੂੰ ਆਇਆ ਏ, ਉਹ ਆਇਆ ਵੀਸੀਆਰ ਕਲੋਨੀ ਤੋਂ। ਵੀਸੀਆਰ ਕਲੋਨੀ ਤੋਂ? ਹਾਂਜੀ ਹਾਂਜੀ। ਔਰ ਅੱਜ ਕੱਲ ਤਾਂ ਸੀਡੀ ਪਲੇਅਰ ਚੱਲ ਪਿਆ, ਵੀਸੀਆਰ ਕਲੋਨੀ ਤੋਂ ਖਾਤਾ ਹੈ, ਕੀ ਲਿਖਦੇ ਆ? ਇਹ ਲਿਖਦੇ ਨੇ, ਹੀਰੋ ਰਾਮ ਜੀ ਕਹਿੰਦੇ ਨੇ ਕਿ ਮਨੋਜ ਕੁਮਾਰ ਦੀਆਂ ਅਸੀਂ ਬੜੀਆਂ ਫਿਲਮਾਂ ਦੇਖੀਆਂ। ਅੱਛਾ, ਤੇ ਮਨੋਜ ਕੁਮਾਰ ਚਿਹਰੇ ਤੇ ਹੱਥ ਕਿਉਂ ਰੱਖਦੇ ਸੀ? ਗੱਲ ਇਸ ਤਰ੍ਹਾਂ ਜੀ, ਮਨੋਜ ਕੁਮਾਰ ਬੜੇ ਸ਼ਰਮੀਲੇ ਐਕਟਰ ਆ, ਉਹ ਚਿਹਰੇ ਤੇ ਹੱਥ ਤਾਂ ਰੱਖਦੇ ਸੀ ਕਿ ਹੀਰੋਨ ਕਿਤੇ ਪਛਾਣ ਨਾ ਲੈ ਪਿਛਲੀ ਫਿਲਮ 'ਚ ਮੇਰਾ ਭਰਾ ਬਣਿਆ ਸੀ। ਨਾਲੇ ਮੈਂ ਤੈਨੂੰ ਹੋਰ ਦੱਸਦਾ, ਹੱਥ ਰੱਖਣ ਦਾ ਇੱਕ ਹੋਰ ਕਾਰਨ ਸੀ, ਉਹਨਾਂ ਨੇ ਮਾਰਕੀਟ 'ਚੋਂ ਪੈਸੇ ਬਹੁਤ ਉਧਾਰ ਲਿੱਤੇ ਹੋਏ ਸੀ, ਇਸ ਕਰਕੇ ਜਦੋਂ ਕੋਈ ਕਰਜ਼ਦਾਰ ਸਾਹਮਣੇ ਆਉਂਦਾ ਸੀ ਮੂੰਹ ਲੁਕੋ ਕੇ ਨਿਕਲ ਜਾਂਦੇ ਸੀ। ਅੱਛਾ ਜੀ, ਤੇ ਸ਼ਾਹ ਜੀ, ਇੱਕ ਹੋਰ ਗੱਲ ਨੇ ਇਹਨਾਂ ਲਿਖੀ ਬੜੀ ਵਧੀਆ, ਦੱਸ ਦੇਵਾਂ ਜੀ? ਹਾਂ, ਦੱਸਣੀ ਚਾਹੀਦੀ ਆ ਜੀ, ਦੱਸਣ ਬੈਠੇ ਆ ਤਾਂ ਜੀ। ਅਗਲਾ ਸਵਾਲ ਉਹਨਾਂ ਨੇ ਪੁੱਛਿਆ ਹੈ ਕਿ ਇੱਕ ਗੀਤ ਬੜਾ ਵਧੀਆ ਚੱਲਿਆ ਸੀ, ਕਿਹੜਾ ਗੀਤ? ਦੇ ਬੋਲ ਨੇ, ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ, ਇਹੋ ਜਿਹੇ ਗਾਣੇ ਪੁੱਛਦੇ ਨੇ, ਹੁਣ ਕਿਉਂ ਨਹੀਂ ਚੱਲਦੇ? ਗੱਲ ਇਸ ਤਰ੍ਹਾਂ ਵੀ, ਦੇਸ਼ ਦੀ ਧਰਤੀ ਵਿੱਚ ਸੋਨਾ ਉਦੋਂ ਉਗਲਦਾ ਸੀ ਜਦੋਂ ਕਿਸਾਨ ਆਪਣਾ ਖੂਨ ਪਸੀਨਾ ਬਹਾਉਂਦਾ ਸੀ, ਆਪਣੇ ਦਿਲ ਦੇ ਨਾਲ ਖੇਤੀ ਕਰਦਾ ਸੀ। ਤੇ ਅੱਜ ਕੱਲ ਤੇ ਮਸ਼ੀਨਾਂ ਹੀ ਇਦਾਂ ਦੀਆਂ ਆ ਗਈਆਂ, ਠੀਕ ਤਰ੍ਹਾਂ ਫਸਲ ਨਹੀਂ ਉਗਦੀ ਪਈ ਤੇ ਸੋਨਾ ਕਿੱਥੋਂ ਉਗਲੇਗਾ? ਸਹੀ ਗੱਲ ਹੈ ਪੁੱਟੂ ਸ਼ਾਹ ਜੀ, ਵਾਕਈ ਤੁਹਾਡੀਆਂ ਗੱਲਾਂ ਚ ਬਹੁਤ ਜ਼ਿਆਦਾ ਸੱਚਾਈ ਹੈ। ਤੇ ਇੱਕ ਗੱਲ ਉਹਨਾਂ ਨੇ ਸਾਡੇ ਕੋਲ ਹੋਰ ਬੜੀ ਚੰਗੀ ਪੁੱਛੀ ਹੈ, ਕਹਿੰਦੇ ਨੇ ਕਿ ਅੱਜ ਕੱਲ ਪੰਜਾਬੀ ਫਿਲਮਾਂ ਬੜੀਆਂ ਘੱਟ ਬਣ ਰਹੀਆਂ, ਦੱਸੋ ਕਿਉਂ? ਗੱਲ ਇਸ ਤਰ੍ਹਾਂ ਵੀ, ਹੁਣ ਪੰਜਾਬੀ ਫਿਲਮਾਂ ਦੇ ਟਾਈਟਲ ਖਤਮ ਹੋ ਗਏ ਆ, ਜਾਨੀ ਕਿ ਜਿੱਦਾਂ ਪਹਿਲਾਂ ਸੀ ਭਈਆ ਜੱਟ ਦਾ, ਗੱਡਾਸਾ ਜੱਟ ਦਾ, ਰੁਪਈਆ ਜੱਟ ਦਾ, ਜ਼ਮੀਨ ਜੱਟ ਦੀ, ਤੇ ਹੁਣ ਟਾਈਟਲ ਖਤਮ ਹੋ ਗਿਆ ਤੇ ਫਿਲਮਾਂ ਵੀ ਖਤਮ ਹੀ ਹੋਣੀਆਂ। ਸੋ ਇਹ ਸੀ ਤੁਹਾਡੇ ਖਤਾਂ ਦੇ ਜਵਾਬ, ਤੁਸੀਂ ਦੇਖਦੇ ਰਹੋ ਚੈਨਲ ਪੰਜਾਬ। ਪਰ ਮੇਰਾ ਸ਼ੋਅ ਹਜੇ ਖਤਮ ਨਹੀਂ ਹੋਇਆ, ਮੈਂ ਆਪਣੇ ਸ਼ੋਅ ਦੇਖਣ ਵਾਲਿਆਂ ਨੂੰ ਦਿੰਨਾ ਇੱਕ ਆਫਰ,
हुण तुहाडे नाल छोटी जी गलबात करेगा लाटू लोफर। मैं हाँ लाटू लोफर, कोई मैनू आखदा है पागल तो कोई मैनू आखदा है जोकर, कोई मैनू कहिंदा आ कर कोई मैनू कहिंदा ओ कर, पर मैं तो रब नू कहूँगा मेरे भी जे रब्बा कितें लग जाण फीतियां सारिया नू रोकी जावां मार मार सीटियां, बट मुछा नू चढ़ा के बट मुछा नू चढ़ा के मैं भी वर्दी दा रोह जमावां, चित करे बन के पुलिसिया चौंक च नाके लावां।